ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਸਵੇਰ ਤੋਂ ਬਾਬਾ ਜੀ ਮੇਰੇ ਤੋਂ ਅਤੇ ਮੇਰੀਆਂ ਭੈਣਾਂ ਤੋਂ ਜਪਜੀ ਸਾਹਿਬ ਦੇ 1100 ਪਾਠ ਦੀਆਂ ਸੇਵਾ ਲੈ ਰਹੇ। ਅੱਜ ਮੈਨੂੰ ਇੰਸਟਾਗ੍ਰਾਮ 'ਤੇ ਮੇਰੀ ਇੱਕ ਭੈਣ ਕਿਰਨ ਰੰਧਾਵਾ ਦਾ ਮੈਸੇਜ ਆਇਆ ਕਿ ਦੀਦੀ, ਅਸੀਂ ਸੈਲੀਬ੍ਰਿਟੀਜ਼ ਨੂੰ ਹਰ ਚੀਜ਼ ਲਈ ਫੋਲੋ ਕਰਦੇ ਹਾਂ ਔਰ ਤੁਸੀਂ ਜਿਹੜੀਆਂ ਮੋਟੀਵੇਸ਼ਨਲ ਵੀਡੀਓ ਬਣਾ ਰਹੇ ਹੋ ਅਸੀਂ ਤੁਹਾਡੇ ਤੋਂ ਬਹੁਤ ਜ਼ਿਆਦਾ ਇੰਸਪਾਇਰ ਹੋਏ ਹਾਂ, ਅਤੇ ਕਿਉਂ ਨਾ ਅਸੀਂ ਕੱਲ੍ਹ ਸਵੇਰ ਤੋਂ ਪਾਠ ਸ਼ੁਰੂ ਕਰੀਏ। ਜਪਜੀ ਸਾਹਿਬ ਦੇ ਸਹਿਜ ਪਾਠ, ਚੌਪਈ ਸਾਹਿਬ, ਕੋਈ ਵੀ ਪਾਠ ਤੁਸੀਂ ਇੰਸਟਾਗ੍ਰਾਮ 'ਤੇ, ਟਿਕਟੋਕ 'ਤੇ ਇੱਕ ਪੋਸਟ ਛੱਡੋ ਕਿ ਜਿਹੜੀਆਂ ਭੈਣਾਂ ਇਹਦੇ 'ਚ ਪਾਰਟੀਸਪੇਟ ਕਰਨੀਆਂ ਚਾਹੁੰਦੀਆਂ, ਹਾਜ਼ਰੀ ਲਵਾਉਣਾ ਚਾਹੁੰਦੀਆਂ, ਉਹ ਸਾਨੂੰ ਕੰਟੈਕਟ ਕਰੋ। ਗੁਰਲੀਨ ਦੀਦੀ, ਪਹਿਲਾਂ ਤਾਂ ਮੈਂ ਥੈਂਕਸ ਤੁਹਾਡਾ ਤਾਂ ਕਰਨਾ ਚਾਹੂੰਗੀ ਕਿ ਇੱਕ ਪਬਲਿਕ ਫੇਸ ਹੋਣ ਦੇ ਨਾਂ 'ਤੇ ਤੁਸੀਂ ਫੈਸ਼ਨ ਨੂੰ ਜਿੱਥੇ ਲੋਕ ਪ੍ਰਮੋਟ ਕਰਦੇ ਨੇ ਜਾਂ ਬ੍ਰਾਂਡਸ ਨੂੰ ਪ੍ਰਮੋਟ ਕਰਦੇ ਨੇ, ਹੈ ਨਾ, ਤਾਂ ਤੁਸੀਂ ਇੱਕ ਬਹੁਤ ਵਧੀਆ ਚੀਜ਼ ਪ੍ਰਮੋਟ ਕਰ ਰਹੇ ਹੋ। ਤੁਸੀਂ ਗੁਰਬਾਣੀ ਨਾਲ ਲੋਕਾਂ ਨੂੰ ਜੋੜ ਰਹੇ ਹੋ, ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ। ਅਤੇ ਦੂਸਰਾ, ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਮੇਰੀ ਸੋਚ ਨੂੰ ਲੈ ਕੇ ਚੱਲੇ ਹੋ, ਅਤੇ ਤੁਸੀਂ ਮੇਰੀ ਇੱਕ ਬਹੁਤ ਵੱਡੀ ਕਹਿ ਸਕਦੇ ਹੋ ਕਿ ਮਨ ਦੀ ਰੀਝ ਪੂਰੀ ਕਰਨ ਜਾ ਰਹੇ ਹੋ। ਅਤੇ ਅੱਜ ਮੈਂ ਤੁਹਾਨੂੰ ਜਿਵੇਂ ਤੁਹਾਨੂੰ ਕਿਹਾ ਸੀ ਕਿ ਆਪਾਂ ਪਾਠ ਕਰੀਏ, ਸ਼ੁਰੂ ਕਰੀਏ ਕਿਤੋਂ ਨਾ ਕਿਤੋਂ ਪਾਠ ਦੀ ਚੇਨ, ਅਤੇ ਤੁਸੀਂ ਮੇਰਾ ਸਾਥ ਦਿੱਤਾ ਅਤੇ ਆਪਾਂ 501 ਪਾਠ ਦਾ ਟੀਚਾ ਮੰਨਿਆ ਸੀ, ਅਤੇ ਵਾਹਿਗੁਰੂ ਨੇ ਸਾਡੇ ਕੋਲ 1100 ਪਾਠ ਦੀ ਸੇਵਾ ਲਈ ਹੈ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਪੋਸਟ ਪਾਈ ਔਰ ਵਿਦਇਨ ਫਿਊ ਸੈਕਿੰਡ ਮੈਨੂੰ ਇੰਨਾ ਅੱਛਾ ਰਿਸਪੋਂਸ ਮਿਲਿਆ। ਮੈਂ ਇਹ ਅਨਾਊਂਸ ਕੀਤਾ ਸੀ ਕਿ ਕੱਲ੍ਹ ਸ਼ਾਮੀ 5 ਵਜੇ ਤੱਕ ਮੈਨੂੰ ਸਾਰੀਆਂ ਭੈਣਾਂ ਕੰਟੈਕਟ ਕਰ ਸਕਦੀਆਂ, ਬਟ ਤੁਸੀਂ ਯਕੀਨ ਨਹੀਂ ਕਰੋਗੇ, ਵਿਦਇਨ 2 ਆਵਰਸ ਮੈਨੂੰ ਉਹ ਪੋਸਟ ਡਿਲੀਟ ਕਰਨੀ ਪਈ। ਇੰਨੀਆਂ ਜ਼ਿਆਦਾ ਭੈਣਾਂ ਦੇ ਮੈਸੇਜਿਸ ਆਏ, ਇੰਨੀਆਂ ਜ਼ਿਆਦਾ ਜੋ ਮੈਂ ਸੋਚਿਆ ਵੀ ਨਹੀਂ ਸੀ। ਕੱਲ੍ਹ ਅਸੀਂ ਸਾਰੀਆਂ ਭੈਣਾਂ ਜਪਜੀ ਸਾਹਿਬ ਦੇ 1100 ਪਾਠ ਆਰੰਭ ਕਰਨ ਜਾ ਰਹੀਆਂ ਹਾਂ। ਗੁਰਲੀਨ ਦੀ ਸਾਨੂੰ ਸਪੋਰਟ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਨਿਮਰਤ। ਜਿਵੇਂ ਕਿ ਦੀਦੀ ਨੇ ਹੁਣ ਤੁਹਾਨੂੰ ਦੱਸਿਆ ਹੀ ਹੈ ਕਿ ਅਸੀਂ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ 1100 ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਰਹੇ ਹਾਂ ਐਂਡ ਰੱਬ ਜੀ ਸਾਡੇ ਤੋਂ ਸੇਵਾ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ, ਮੇਰਾ ਨਾਮ ਪ੍ਰਿਆ ਹੈ ਐਂਡ ਇੱਕ ਲਾਈਨ ਆ ਜੋ ਕਿ ਮੈਨੂੰ ਬਹੁਤ ਵਧੀਆ ਲੱਗਦੀ ਹੈ। ਸਾਨੂੰ ਤੇਰਾ ਮਿਲਣਾ ਵੇ ਸਜਣਾ ਇੱਕ ਰੱਬ ਦਾ ਕਰਿਸ਼ਮਾ ਏ। ਇਹ ਲਾਈਨ ਮੈਂ ਗੁਰਲੀਨ ਦੀਦੀ ਜੋ ਕਿ ਇੱਕ ਸੈਲੀਬ੍ਰਿਟੀ ਨੇ, ਮੈਂ ਉਹਨਾਂ ਨੂੰ ਡੈਡੀਕੇਟ ਕਰਦੀ ਹਾਂ, ਕਿਉਂਕਿ ਕਈ ਵਾਰ ਸਾਡੀ ਜ਼ਿੰਦਗੀ 'ਚ ਇੱਦਾਂ ਦੇ ਪਰਸਨ ਆਉਂਦੇ ਆ ਕਿ ਜੇ ਜੋ ਸਾਡੀ ਲਾਈਫ ਨੂੰ ਚੇਂਜ ਕਰਕੇ ਰੱਖ ਦਿੰਦੇ ਨੇ। ਇੰਡੀਆ ਹੀ ਨਹੀਂ, ਪੰਜਾਬ ਹੀ ਨਹੀਂ, ਓਵਰਸੀਜ਼, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਜਰਮਨ, ਇਟਲੀ, ਹਰ ਪਾਸੇ ਤੋਂ ਮੈਸੇਜਿਸ ਆਏ ਔਰ ਜਿੰਨੀਆਂ ਭੈਣਾਂ ਨੂੰ ਅਸੀਂ ਇੰਸਟਾਗ੍ਰਾਮ 'ਤੇ ਐਡ ਕਰ ਸਕਦੇ ਸੀ ਅਸੀਂ ਉਹਨਾਂ ਨੂੰ ਐਡ ਕੀਤਾ, ਅਤੇ ਜਿਹੜੀਆਂ ਭੈਣਾਂ ਰਹਿ ਗਈਆਂ ਕੋਈ ਗੱਲ ਨਹੀਂ, ਅਸੀਂ ਉਹਨਾਂ ਦੀ ਵੀ ਅਰਦਾਸ ਕੱਲ੍ਹ ਤੋਂ ਕਰਾਂਗੇ ਔਰ ਉਹ ਆਪਣੇ ਘਰ ਬੈਠੇ ਵੀ ਪਾਠ ਦੀ ਹਾਜ਼ਰੀ ਲਵਾ ਸਕਦੇ ਹਾਂ। ਸਾਰੀਆਂ ਭੈਣਾਂ ਦੇ ਜਿਹੜੇ ਅਸੀਂ 2 ਗਰੁੱਪ ਬਣਾਏ ਆ, ਸਾਰੀਆਂ ਭੈਣਾਂ ਦੇ ਹਿੱਸੇ 17-17 ਜਪਜੀ ਸਾਹਿਬ ਦੇ ਪਾਠ ਹਿੱਸੇ ਆਏ ਆ। ਸੋ ਜਿਹੜੀਆਂ ਭੈਣਾਂ ਗਰੁੱਪ 'ਚ ਨਹੀਂ ਐਡ, ਉਹ ਆਪਣੇ ਘਰ ਬੈਠੇ ਕੱਲ੍ਹ ਸਵੇਰ ਤੋਂ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਸਕਦੇ ਆ। ਅਤੇ 19 ਮਈ ਸਵੇਰੇ ਇੰਡੀਆ ਦੇ 10 ਵਜੇ ਅਸੀਂ ਜਪਜੀ ਸਾਹਿਬ ਦੇ ਪਾਠ ਦੀ ਅਰਦਾਸ ਕਰਾਂਗੇ ਅਤੇ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ ਇਹਦੀ ਵੀ ਅਰਦਾਸ ਕਰਾਂਗੇ। ਸੋ ਤੁਹਾਨੂੰ ਨਿਰਾਸ਼ ਹੋਣ ਦੀ ਕੋਈ ਗੱਲ ਨਹੀਂ, ਜਿਹੜੇ ਇਸ ਵਾਰੀ ਨਹੀਂ ਐਡ ਹੋਏ, ਨੈਕਸਟ ਵੀਕ ਆਪਾਂ ਫਿਰ ਸ਼ੁਰੂ ਕਰਾਂਗੇ, ਤੁਸੀਂ ਉੱਥੇ ਐਡ ਹੋ ਜਿਓ। ਸੋ ਉਦੋਂ ਤੱਕ ਤੁਸੀਂ ਪਲੀਜ਼ ਆਪਣੇ ਘਰ ਬੈਠੇ, ਜਿੱਥੇ ਵੀ ਬੈਠੇ ਹੋ, ਉੱਥੇ ਕੱਲ੍ਹ ਸਵੇਰ ਤੋਂ ਪਾਠ ਸ਼ੁਰੂ ਕਰ ਦਿਓ।